हेलो दोस्तों, सत श्री अकाल, आदाब, नमस्कार। ठीक ठाक हूँ। मैनू सामने धुप काफ़ी आ ते डे टाइम आ ते थोड़ा कोई मैनू नज़र आना नहीं जी, नाम वगैरह तो, पर थानू सबनों दिलों सत्कार है जी, बहुत प्यार आ ते मैथों रह नहीं होया। मैं इस वक्त एथेंस ग्रीस दे विच ते बस एयरपोर्ट नू जाना सी ते रात असी शूट खत्म कीता जी ते 2.5 घंटे सुते हैं ते हुण सीधा भजना एयरपोर्ट ते तीसरी बार मैनू ग्रीस आउण दा मौका मिलिया। लेकिन मैं शाह सिकंदर अलैगजेंडर द ग्रेट ਉਹਦਾ ਕਿਲਾ ਨਹੀਂ ਮੈਨੂੰ ਦੇਖਣਾ ਨਸੀਬ ਹੋ ਸਕਿਆ ਕਿਉਂਕਿ ਟਾਈਮ ਦੀ ਸ਼ੋਰਟੇਜ ਹੈ ਜੀ ਤੇ, ਬਟ ਮਾਲਕ ਨੇ ਚਲੋ ਫੇਰ ਚਾਹਿਆ, ਕਦੇ ਅਣਜਲ ਹੋਇਆ ਤਾਂ ਦੇਖਾਂਗੇ। ਤੇ ਮੈਨੂੰ ਆ ਕੇ ਇੱਥੇ ਮੈਨੂੰ ਪਾਰ ਸਾਹਿਬ ਦੀਆਂ ਲਾਈਨਾਂ ਯਾਦ ਆਈਆਂ ਕਿ ਬਾਪੂ ਜੀ ਵੀ ਪਾਰ ਸਾਹਿਬ ਕਿਆ ਲਿਖਦੇ ਸੀ। ਲੈ ਤੁਸੀਂ ਪਹਿਲਾਂ ਇੱਧਰ ਘੁਮਾ ਦਈਏ, ਤੁਹਾਨੂੰ ਦਿਖਾ ਦਈਏ ਜ਼ਰਾ ਕਿ ਕਿੱਥੋਂ ਘੁੰਮੂਗੀ ਗੱਡੀ ਜੀ। ਦੱਸਦੇ ਕੁਛ ਨਹੀਂ, ਕਰਤਾ 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 ਇੰਨਾ ਕਹਾਉਂਦਾ ਮੈਨੂੰ ਡਰਨਾ। ਆਹ ਦੇਖੋ ਜੀ, ਸਾਹਮਣੇ ਹੈ ਕਿ ਕਹਿੰਦੇ ਉੱਠ ਸ਼ਾਹ ਸਿਕੰਦਰ ਨੇ ਕੀਤੇ ਜਗਤ ਜਿੱਤਣ ਦੇ ਧਾਵੇ, ਦੁਨੀਆਂ ਨੂੰ ਫਤਿਹ ਕਰਨ। ਅਲੈਗਜ਼ੈਂਡਰ ਦ ਗ੍ਰੇਟ ਸ਼ਾਹ ਸਿਕੰਦਰ ਇੱਥੋਂ ਤੁਰਿਆ, ਉਹਦਾ ਕਿਲ੍ਹਾ ਜੀ ਜਿੱਥੋਂ ਬੈਠ ਕੇ ਉਹਨੇ ਦੁਨੀਆ 'ਤੇ ਰਾਜ ਕੀਤਾ, ਹਕੂਮਤ ਕੀਤੀ। ਅਤੇ ਜਦੋਂ ਕਹਿੰਦੇ ਆਪਦੇ ਮਰਨ ਵੇਲੇ ਉਹਨੇ ਖਾਸ ਤੌਰ 'ਤੇ ਤਾਕੀਦ ਕੀਤੀ ਕਿ ਮੇਰੇ ਦੋਨੇ ਹੱਥ ਆ ਜਿਹੜੇ ਉਹ ਐਂ ਖੁੱਲ੍ਹੇ ਅਤੇ ਬਾਹਰ ਹੋਣ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਮੈਂ ਦੁਨੀਆ ਦੇ ਵਿੱਚ ਖਾਲੀ ਹੱਥ ਆਇਆ ਸੀ ਅਤੇ ਖਾਲੀ ਹੱਥ ਜਾ ਰਿਹਾ। ਅਤੇ ਉੱਠ ਸ਼ਾਹ ਸਿਕੰਦਰ ਨੇ ਕੀਤੇ ਜਗਤ ਜਿੱਤਣ ਦੇ, ਜਗਤ ਜਿੱਤਣ ਨੂੰ ਧਾਵੇ, ਤੁਰ ਖਾਲੀ ਹੱਥ ਗਿਆ ਨਾਲ ਜਾ ਨਾ ਸਕਿਆ, ਧੇਲਾ ਹੈ ਆਉਣ ਜਾਣ ਬਣਿਆ ਦੁਨੀਆ, ਚੌਂਕ ਦਿਨਾਂ ਦਾ ਮੇਲਾ। ਸੇ ਖੂਬਸੂਰਤ ਮੇਲਾ ਜੀ, ਇਹ ਮੇਲੇ ਦੇ ਵਿੱਚ ਅਸੀਂ ਇੱਥੇ ਪਹੁੰਚੇ ਹੋਏ ਸੀ। ਆ ਸਾਹਮਣੇ ਸਾਰਾ ਸ਼ਹਿਰ ਆ ਅਤੇ ਸੋਚਿਆ ਤੁਹਾਡਾ ਏਅਰਪੋਰਟ ਤੋਂ ਸਿੱਧੀ ਫਲਾਈਟ ਆ ਅਤੇ ਕੱਲ੍ਹ ਫਰੀਦਕੋਟ ਕੰਮਿਆਣਾ ਮੇਲੇ 'ਤੇ ਤੁਹਾਨੂੰ ਮਿਲਦੇ ਹਾਂ ਜੀ, ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਔਰ ਸਾਡੇ ਨਾਲ ਇਸ ਵਕਤ ਮੇਰਾ ਵੀਰ ਜਿਹਨੇ ਕਿ ਬਹੁਤ ਬੜੀ ਮੁਸ਼ਕਿਲ ਦੇ ਨਾਲ ਅਸੀਂ ਕੰਮ ਥੋੜ੍ਹਾ ਜਿਹਾ ਵੱਡਾ ਲੈ ਲਿਆ ਪੰਗਾ ਕਿ ਸ਼ੂਟਿੰਗ ਰੱਖ ਲਈ ਐਥਨਸ ਦੇ ਵਿੱਚ, ਗ੍ਰੀਸ ਦੇ ਵਿੱਚ। ਅਤੇ ਬਸ ਫਿਰ ਇੱਥੇ ਸਾਡੇ ਵੀਰ ਦੀ ਜਿਹੜੀ, ਉਹ ਵੀ ਤੁਹਾਡੇ ਵਾਂਗੂ ਮੈਂ ਖੁਸ਼ਕਿਸਮਤ ਹਾਂ, ਮੇਰਾ ਕੱਟੜ ਫੈਨ ਸੀ ਅਤੇ ਫੈਨ ਤੋਂ ਹੁਣ ਛੋਟਾ ਵੀਰ ਆ ਜਾ ਮਨਜਿੰਦਰ ਯਾਰ, ਮਨਜਿੰਦਰ ਚੰਦੀ, ਅਤੇ ਜਿਹਨੇ ਪੂਰਾ ਅੱਜ 1 ਸਾਲ ਅਤੇ 4 ਮਹੀਨੇ ਤੇ 1 ਦਿਨ ਹੋ ਗਏ, 1 ਦਿਨ ਵੀ ਹੋ ਗਏ ਹੁਣ ਅੱਜ, 1 ਸਾਲ ਅਤੇ 4 ਦਿਨ ਦੀ ਪਲੈਨਿੰਗ ਚੱਲ ਰਹੀ। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਪਰ ਆਪਾਂ ਹੁਣ ਸ਼ੂਟ ਕੰਪਲੀਟ ਕਰਤਾ ਅੱਜ, ਡਨ ਅੱਜ, ਡਨ ਕਰਤਾ, ਡਨ ਹੈ ਨਾ। ਬਸ ਇਦੋਂ ਜ਼ਿਆਦਾ ਤੁਹਾਨੂੰ ਇਨਫੋਰਮੇਸ਼ਨ ਨਹੀਂ ਅਸੀਂ ਦੇਣੀ ਜੀ, ਸ਼ੂਟਿੰਗ ਕਿਵੇਂ ਕੀਤੀ ਜਾਂ ਅਸੀਂ ਕੁਛ ਉਹਦੇ ਵਿੱਚ ਅੱਛਾ ਜੀ ਡਿਫਰੈਂਟ ਕੁਛ ਕਰ ਸਕੇ ਹਾਂ, ਕੁਛ ਨਵਾਂ ਨੈਕਸਟ ਲੈਵਲ ਦਾ ਕਰ ਸਕੇ ਹਾਂ, ਤਾਂ ਹੁਣ ਤੁਸੀਂ ਅੱਗੇ ਜਦੋਂ ਜਿਉਂ ਜਿਉਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਉਹ ਤਾਂ ਫਿਰ ਤੁਸੀਂ ਦੱਸਣਾ ਗਾ ਜੀ। ਤਾਂ ਥੈਂਕ ਯੂ ਸੋ ਮੱਚ। ਬਸ ਇੰਨਾ ਕਿ ਹੁਣ ਸਾਰਿਆਂ ਨੇ ਆਪਾਂ ਦੱਬ ਕੇ ਐਨ ਅਜੇ ਗਾਹ ਨਹੀਂ, ਹੋਰ ਕੁਛ ਉਹ ਕਹਿਣ ਦੀ ਜ਼ਰੂਰਤ ਨਹੀਂ, ਕਿਉਂਕਿ ਕੰਮ ਲੱਗਣ ਨਾਲ ਹੋਊਗਾ, ਅੱਛਾ ਹੋਊਗਾ ਤਾਂ ਫਿਰ ਇਹ ਤੁਹਾਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਜੇ ਨਹੀਂ ਅੱਛਾ ਤਾਂ ਜਿੰਨਾ ਮਰਜ਼ੀ ਕਹੀ ਜਾਓ, ਅਤੇ ਕੋਈ ਇੰਨਾ
ਗਲਤ ਦਿਲ ਦੀ ਹੈ, ਜਦ ਇੱਥੇ ਚੀਜ਼ ਲੱਗਦੀ ਹੈ ਕਿ ਦਿਲ ਨੂੰ ਵਧੀਆ ਲੱਗਦੀ ਆ ਤਾਂ ਫਿਰ ਸਾਡਾ ਬੱਲੋ ਮੱਲੀ ਸਾਹਿਬ ਦਾ ਜੀ ਕਰਦਾ ਇਹਨੂੰ ਸ਼ੇਅਰ ਕਰੀਏ, ਸੁਣੀਏ, ਅੱਗੇ ਸਾਂਝਾ ਕਰੀਏ ਕਿਸੇ ਨਾਲ, ਅਤੇ ਨਹੀਂ ਤਾਂ ਜਿੰਨੀਆਂ ਮਰਜ਼ੀ ਕਹੀ ਜਾਓ ਕੁਛ ਨਹੀਂ ਹੁੰਦਾ ਜੀ। ਸੋ ਦਿਲ ਦੇ ਰਿਸ਼ਤੇ ਨੇ ਜੀ, ਅਤੇ ਸਾਡੇ ਬੰਦੇ ਬਾਕੀ ਕਿੱਧਰ ਗਏ ਸਵਾਮੀ ਜੀ? ਹਾਂਜੀ ਚਲੋ ਦੋਸਤੋ ਨਿਕਲ ਲੱਗਿਆ ਮੈਂ ਹੁਣ ਏਅਰਪੋਰਟ ਨੂੰ, ਅਤੇ ਜਿਹੜੇ ਡਾਇਰੈਕਟਰਾਂ ਦੇ ਹੈਗੇ ਜੀ ਲੱਗੇ ਪਏ ਮੈਨੂੰ ਲੱਗਦਾ ਫੋਨ 'ਤੇ ਜੀ। ਹੈਲੋ ਸੇ ਹਾਏ, ਸਤਿ ਸ਼੍ਰੀ ਅਕਾਲ ਕਹੋ। ਰੰਜੂ ਕਿੱਧਰ ਗਿਆ? ਅਰੇ ਰੰਜੂ ਇੱਧਰ ਆ, ਇੱਧਰ ਆ। ਮੁੰਡੇ ਨੇ ਵੀ ਸਾਡੇ ਨੇ ਬਹੁਤ ਮਿਹਨਤ ਕੀਤੀ ਹੈ ਜੀ, ਜ਼ਿਆਦਾ ਕੁਛ ਨਹੀਂ ਬੋਲਣਾ ਵੈਸੇ, ਹੈਲੋ ਹਾਏ ਕਰ ਦੋ। ਹੈਲੋ ਹਾਏ ਹਾਏ ਹਾਏ, ਇਨਫੋਰਮੇਸ਼ਨ 2-4 ਦਿਨ ਮੇ ਸਭ ਕੁਝ ਆਏਗੀ। ਆਸਮ, ਹੈਲੋ ਹਾਏ 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 ਹਾਏ, ਹਾਊ ਵਾਸ ਇਟ? ਗ੍ਰੇਟ ਟੂ ਵਰਕ ਵਿਦ ਮਾਨ ਸਰ। ਅਰੇ ਕੈਟ ਵੋਈ ਰਟੇ ਰਟਾਈ ਡਾਇਲੌਗ ਸਾਰੇ ਬੋਲ, ਮਤਲਬ ਇੱਕ ਦਿਨ ਮੈਂ 8-10 ਚੇਂਜ ਕਰ ਲੇਤੇ, ਐਸਾ ਕੋਈ ਐਕਟਰ ਕਰਤਾ ਨਹੀਂ ਹੈ। ਇਤਨਾ ਇਤਨਾ ਕੰਫਰਟੇਬਲ, ਇਤਨਾ ਅਕੋਮੋਡੇਟਿੰਗ ਤੋ ਜਨਰਲੀ ਕੋਈ ਐਕਟਰਸ ਹੋਤੇ ਨਹੀਂ। ਸੋ ਮੈਂ ਬਹੁਤ ਜੈਨੂਇਨਲੀ ਬੋਲ ਰਹਾ ਹੂੰ ਯੇ, ਐਂਡ ਯਾ ਇਟ ਵਾਸ ਆਸਮ, ਬਹੁਤ ਬਿਊਟੀਫੁਲ ਵੀਡੀਓ ਸ਼ੂਟ ਕੀਆ ਹਮਨੇ, ਆਪ ਦੇਖ ਹੀ ਰਹੇ ਹੋ, ਯੇ ਹੈ ਇਥਿਨਸ and we thank you yaar, nice working yes. with you brother, it's wonderful sir, and malik meher kare, chalo ji changa vi fateh bulaiye ji, jionde vaste rohan jahaz na nikal je kal nu sidha hi hun itho greece to bhaj ke kamiana faridkot nu ji, te kal milde ha, jionde vaste roho ji, jionde vaste roho, bahut tanu pyar, bahut tanu sab nu duawan ne ji। manjinder ji theek ha? Hanji hanji ਬਿਲਕੁਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਬਹੁਤ ਕਿਸਮਤ ਵਾਲੇ ਆ ਜਿਹੜੇ ਬਾਈ ਦੇ ਪੇਜ ਤੋਂ ਸਾਨੂੰ ਹਨਾ ਹੋਣ ਦਾ ਮੌਕਾ ਮਿਲਦਾ। ਬਹੁਤ ਬਹੁਤ ਤੇਰੇ ਕਰਕੇ ਸਾਰਾ ਹੋ ਸਕਿਆ ਗਾ। ਸੋ ਥੈਂਕ ਯੂ ਸੋ ਮਚ, ਜਿਉਂਦੇ ਵਾਸਤੇ ਰਹੋ ਜੀ, ਥੈਂਕ ਯੂ ਸੋ ਮਚ। ਕੱਲ ਮਿਲਦੇ ਆ ਤੁਹਾਨੂੰ, ਮੈਂ ਬਹੁਤ ਕਈ ਵਾਰੀ ਫੋਨ ਤੇ ਇੱਥੇ ਹੁੰਦਾ ਨਹੀਂ ਸੀ ਰੇਂਜ ਵਗੈਰਾ ਜੀ, ਤੁਹਾਨੂੰ ਹੋਲੀ ਦੀ, ਹੋਲਾ ਮਹੱਲਾ ਦੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ, ਤੇ ਹਮੇਸ਼ਾ ਹੀ ਤੁਹਾਡੇ ਲਈ ਦੁਆਵਾਂ ਨੇ, ਅਸੀਸਾਂ ਨੇ, ਜੁਗ ਜੁਗ ਵਸਦੇ ਰਹੋ ਜੀ, ਬਹੁਤ ਮਿਹਰਬਾਨੀ। ਔਰ ਮੇਰੇ ਲਈ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਦ ਮੈਂ ਪਹੁੰਚਣਾ ਘਰ, ਮੇਹਰ ਹਰਮਨ ਹੁਰੀ ਸਾਰੇ ਇੰਤਜ਼ਾਰ ਕਰ ਰਹੇ ਹੋਣਗੇ ਜੀ। ਸੋ ਸੁਪਰ ਐਕਸਾਈਟਡ ਕਿ ਜਲਦੀ ਜਲਦੀ ਫਲਾਈਟ ਉੱਡੇ ਅਤੇ ਫਿਰ ਮੁਲਾਕਾਤ ਕਰਦੇ ਹਾਂ ਜੀ।